ਕੀ ਕਹਿੰਦੀ ਸੀ ਬੁਰੀ ਬਈ ਹੁਣ ਨੀ ਹੋ ਰਿਹਾ ਦੱਸ ਫਟਾਫਟ ਦੱਸ ਦੱਸ ਤਾਂ ਸਹੀ ਹਨੇਰਾ ਬਹੁਤ ਸੀ ਜਦ ਆਪਾਂ ਉੱਥੇ ਇੱਕ ਵਾਰ ਉੱਥੇ ਮੂਹਰੇ ਰਾਹ ਹੀ ਨੀ ਸੀਗਾ ਗੱਡੀ ਕਿਵੇਂ ਮੋੜਨੀ ਸੀ ਉਦੋਂ ਇਹਨੇ ਕੀ ਕਿਹਾ ਸੀ ਉਹ ਦੱਸ ਉਹ ਵਾਹਿਗੁਰੂ ਵਾਹਿਗੁਰੂ Thanks, visit again. Wow. Hello everyone. हम पहुंच चुके हैं इस वक्त ਕਿੱਥੇ ਇਹ ਤਾਂ ਮੈਨੂੰ ਵੀ ਨਹੀਂ ਪਤਾ ਪਰ ਸਾਡੀ ਗੱਡੀ ਜਿੱਧਰ ਜਾਂਦੀ ਪਈ ਸਾਡੇ ਡਰਾਈਵਰ ਸਾਹਿਬ ਦੇ ਹਨੇਰੇ ਦੇ ਵਿੱਚ ਇਹ ਵੀ ਨਹੀਂ ਦੱਸਦੇ ਪਏ ਡਰਾਈਵਰ ਨੇ ਇਹ ਮੇਰਾ ਜੀਜਾ ਤੇ ਆਹ ਮੇਰੀ ਭੈਣ ਤੇ ਫਿਰ ਤੁਸੀਂ ਸਮਝ ਲਓ ਬਾਕੀ ਤੇ ਮੈਂ ਕੀ ਹੋਇਆ ਠੀਕ ਆ ਤੇ ਹੁਣ ਦੇਖੋ ਸੁਣੀਆਂ ਸੜਕਾਂ ਬਸ ਇੱਕ ਗੱਡੀ ਜਾਂਦੀ ਪਈ ਇੱਕ ਗੱਡੀ ਬੱਸ ਵੀ ਆ ਗਈ ਇੱਕ ਦੇਖ ਲੋ ਇਹ ਹੁਣ ਜਿਗਰੇ ਰਾਤ ਨੂੰ ਗੱਡੀਆਂ ਚੱਲਣੀ ਆ ਦੇਖੋ ਆ ਦੇਖੋ ਨਾ ਨਾ ਬਈ ਪਾਈ ਨਾ ਨਹੀਂ ਮੈਂ ਮਜ਼ਾਕ ਕਰਦਾ ਸਿੱਧਾ ਕਰ ਲੈ ਕੈਮਰਾ ਦੁਬਾਰਾ ਕੁੱਲੂ ਕਾਲੂ ਆਪਾਂ ਲੇਹ ਲਦਾਖ ਕਿੱਥੇ ਸੀਗੇ ਆਪਾਂ ਪਹਿਲਾਂ ਲੇਹ ਕਹਿੰਦੇ ਉੱਥੇ ਲੇਜ਼ ਬਣਦੇ ਤਾਂ ਕਰਕੇ ਤਾਂ ਲੇਹ ਲਦਾਖ ਲੇਹ ਲਦਾਖ ਚਲੋ ਓਕੇ ਬਾਏ ਬਾਏ ਫਿਰ ਮਿਲਦੇ ਆ ਆਪਾਂ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਆਪਾਂ ਸੁਬਾ ਬਣਾਵਾਂਗੇ ਢਾਬੇ ਤੇ ਰੋਕ ਕੇ ਬਣਾਵਾਂਗੇ ਦੇਖਦੇ ਹੁਣ ਢਾਬੇ ਤੇ ਕੀ ਬਣਦਾ ਚਲੋ ਓਕੇ ਐਵਰੀਵਨ ਬਾਏ ਬਾਏ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਆਪਾਂ ਉੱਥੋਂ ਹੀ ਆ ਗਏ ਹਾਂ ਵਾਪਸ ਆਪਾਂ ਆ ਗਏ ਹਾਂ ਅਨੰਦਪੁਰ ਸਾਹਿਬ ਅਤੇ ਇਹ ਤੋਂ ਅੱਗੇ ਆਪਾਂ ਹੁਣ ਇੱਕ ਜਗ੍ਹਾ ਹੋਰ ਜਾਣਾ ਅਤੇ ਉੱਥੇ ਸੌਣਾ ਆਪਾਂ ਗੁਰਦੁਆਰਾ ਸਾਹਿਬ ਅਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਵੈਲਕਮ ਬੈਕ ਔਨ ਆਰ ਯੂਟਿਊਬ ਚੈਨਲ ਮਿਸਟਰ ਐਂਡ ਮਿਸਿਸ ਹੁੰਜਨ ਅਤੇ ਆਪਾਂ ਆ ਗਏ ਸੀ ਰਾਤ ਇੱਥੇ ਅਤੇ ਸਾਰੇ ਰੈਡੀ ਨੇ ਹੁਣ ਹੁੰਜਨ ਸਾਹਿਬ ਵੀ ਰੈਡੀ ਨੇ ਗੱਡੀ ਪੂਰੀ ਗੰਦੀ ਹੋਈ ਪਈ ਆ ਅਤੇ ਆਪਾਂ ਬਿਮੌਰ ਸਾਹਿਬ ਆਏ ਸੀ ਕਿਉਂਕਿ ਇੱਥੇ ਕਮਰੇ ਵਗੈਰਾ ਸੀਗੇ ਤਾਂ ਅਸੀਂ ਇੱਕ ਰੂਮ ਲੈ ਲਿਆ ਸੀ ਹੁਣ ਅਸੀਂ ਨਹਾ ਧੋ ਕੇ ਰੈਡੀ ਸ਼ੈਡੀ ਹੋ ਗਏ ਹਾਂ ਲੰਗਰ ਪਾਣੀ ਛਕੀਏ ਫਿਰ ਅੱਗੇ ਨੂੰ ਚੱਲੇ ਪਾਉਂਦੇ ਹਾਂ ਆਪਾਂ ਵੀ ਉਹਦੇ ਕੀ ਦੇਖਣ ਵਾਲਾ ਓਕੇ ਆ ਡਨ ਪੱਕੀ ਗੱਲ ਤੁਹਾਡੀ ਗੁੱਡ ਮਾਰਨਿੰਗ ਰਹਿ ਗਈ ਉੱਚੀ ਦੇ ਕੇ ਬੋਲ ਦੋ ਤੁਹਾਡੀ ਗੁੱਡ ਮਾਰਨਿੰਗ ਰਹਿ ਗਈ ਉੱਚੀ ਦੇ ਕੇ ਬੋਲ ਦੋ ਠਾਠ ਤੋਂ ਲੱਗਿਆ ਆਪਾਂ ਤੁਰਨ ਲੰਗਰ ਪਾਣੀ ਆਪਾਂ ਛਕ ਲਿਆ ਬਹੁਤ ਯਾਰ ਸਵਾਦ ਦਾਲ ਬੜੀ ਸਵਾਦ ਸੀਗੀ ਹਾਂ ਉਹ ਬੰਨਿਆ ਹੋਇਆ ਵਾ
ਬੰਨਿਆ ਹੋਇਆ ਇੱਥੇ। ਹੁਣ ਕਹਿੰਦੇ ਕੋਈ ਪੁਲ ਆ, ਅਸੀਂ ਉਹ ਦੇਖ ਕੇ ਆਉਂਦੇ ਹਾਂ ਵੀ ਕਿਹੜਾ ਆ। ਗੱਡੀ ਦਾ ਹਾਲ ਦੇਖੀ ਕਿੰਨੀ ਗੰਦੀ ਹੋਈ ਪਈ ਹੈ। ਪੁਲ ਉੱਥੇ ਹੈਗਾ ਬਹੁਤ ਸੋਹਣਾ, ਪਹਿਲਾਂ ਲੱਕੜ ਦਾ ਹੁੰਦਾ ਸੀ, ਹੁਣ ਤਾਂ ਮਤਲਬ ਪ੍ਰੋਪਰ ਕਹਿੰਦੇ ਉਹ ਕੋਈ ਹੋਇਆ ਸੀ ਨਾ ਕੁਝ, ਤੁਸੀਂ ਦੱਸਦੇ ਸੀ ਕੱਲ। ਹਾਂ ਚਲੋ ਮਿਲਦੇ ਹਾਂ ਉੱਧਰ, ਬਾਬਾ ਜੀ ਦਸਤਾਰ ਬਣਵਾ ਰਹੇ ਆ। ਚਲੋ ਚੱਲੀਏ। ਨਿੰਨੀ ਤੈਨੂੰ ਪਤਾ ਇਹ ਲੱਕੜ ਦਾ ਪੁਲ ਹੁੰਦਾ ਸੀ ਪਹਿਲਾਂ? ਹਾਂ ਮੈਂ ਉਹੀ ਤੁਹਾਨੂੰ ਪੁੱਛ ਰਹੀ ਸੀ। ਪੁਰਾਣੀਆਂ ਫਿਲਮਾਂ 'ਚ ਨਹੀਂ ਜਿਹੋ ਜਿਹੇ ਪੁਲ ਸੀਗੇ, ਉਹੋ ਜਿਹਾ ਪੁਲ ਸੀਗਾ। ਹਾਂ ਅਮਨੇ ਫੜ ਵੀਰੇ ਕੋਕ, ਇਹਦੇ 'ਚ ਡਬੋ ਡਬੋ ਕੇ ਖਾ ਅੰਬ। ਹਾਂ ਅਮਨੇ ਆਓ ਦੇ ਜੀਜੇ ਨੇ ਤਾਂ ਬੜਾ ਹੋਏ ਨੀ ਜਾ ਓਏ, ਤੂੰ ਵੀ ਜਾ ਕੇ ਫੜਾ ਗਿਆ ਕੁਛ? ਮੈਂ ਹੁਣ ਕੀ ਫੜਾ ਗਿਆ, ਅੰਬ ਵੀ ਫੜਾਇਆ ਜਾ ਕੇ ਇੱਕ, ਅੰਬ ਉਹ ਦੇ ਤਾ ਉਹਨੂੰ ਖਾਈਏ ਤਾਂ ਉਹ ਡੋਲਦੀ ਮਗਰ ਬੈਠੀ ਗੁਰੀ ਗੁਰੀ ਮੋੜ ਲਾ, ਗੁਰੀ ਮੈਨੂੰ ਡਰ ਲਾ ਗੁਰੀ, ਪਹਿਲਾਂ ਇੱਥੋਂ ਮੁੜੇ ਆਪਾਂ ਠੇਕੇ ਜੇ ਬੈਗ ਜੇ ਕੀਤਾ, ਜਦੋਂ ਇੱਥੋਂ ਮੁੜੇ ਜਦੋਂ ਇੱਥੇ ਗਾਹ ਆ ਕੇ ਸੁਣਨਾ ਯਾਰ ਆ ਗਿਆ, ਉਦੋਂ ਬਾਹਲਾ ਕਰਨ ਲੱਗ ਗਈ ਸੀਗੀ ਇਹ। ਕੀ ਕਹਿੰਦੀ ਸੀ ਉਹ ਗੁਰੀ? ਬਈ ਹੁਣ ਨੀ ਹੋ ਰਿਹਾ, ਦੱਸ ਫਟਾਫਟ ਦੱਸ ਜੰਗਲ ਵਾਲਾ ਸੀਗਾ ਇੱਥੇ ਤਾਂ ਲੱਗਦਾ ਵੀ ਸੀਗਾ ਡਰ ਨੀ ਨੂੰ, ਤਾਂ ਹੀ ਵਾਹਿਗੁਰੂ ਵਾਹਿਗੁਰੂ ਕਰਦੀ ਸੀ। ਉਹ ਸੀਨ ਨਹੀਂ ਮੈਂ ਭੁੱਲਦਾ, ਕਿਹੜਾ ਉਹ ਵਾਹਿਗੁਰੂ ਵਾਲਾ ਦੁਬਾਰਾ ਕਰੀ ਗੁਰੀ ਗੁਰੀ ਕਿਵੇਂ 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 ਗੁਰੀ ਮੈਨੂੰ ਸਹੀ ਨੀ ਲੱਗਦਾ, ਰਿਸਕ ਨਾ ਲੈ ਸਹੀ ਨੀ ਲੱਗਦਾ ਵਾਹਿਗੁਰੂ ਐ ਕਰਦੀ ਸੀ। ਨਹੀਂ ਆਵੇ ਤੇਰਾ ਸੀਨ ਚੇਤੇ ਰਹੂਗਾ ਸਾਰੀ ਜ਼ਿੰਦਗੀ। ਹੋਰ ਕੀ
ਇੰਨਾ ਡਰ ਗਈ ਸੀ ਤੂੰ ਇੱਧਰ ਥੱਲੇ ਕਿਸ਼ਤੀ ਆ ਬਈ ਇੱਧਰ ਕਿਸ਼ਤੀ ਆਪਣੀ ਨਾ ਬਣਦੀ ਟਿਟ 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 ਟਿਟ